ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਡਾਕਟਰ ਹਰਦੀਪ ਭਾਈ ਦਾ ਨਵਾਂ ਵਲੌਗ ਕਰਦੇ ਸ਼ੁਰੂ ਤੇ ਵੀਡੀਓ ਸਕਿਪ ਨਾ ਕਰੇ, ਪੂਰਾ ਦੇਖੇ ਵੀਡੀਓ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਅੱਜ ਕੀ ਕਰਾਂਗੇ ਫੇਰ। ਟਾਈਮ ਹੋ ਗਿਆ ਜੀ 9 ਵਜੇ ਦਾ ਤੇ ਅਸੀਂ ਜਾ ਰਹੇ ਸੀ ਭੱਠੇ ਤੇ, ਮੈਂ ਧੂਤਾ ਦੇ ਹੈਪੀ ਭੱਠੇ ਵਾਲ ਨੂੰ ਕੱਲ੍ਹ ਫੋਨ ਕਰਿਆ ਸੀ, ਮਾਈਟਾ ਛੱਡ ਜਿਓ, ਪੈਸੇ ਵੀ ਪਹਿਲਾਂ ਜਮ੍ਹਾਂ ਕਰਵਾ ਰੱਖੇ, ਉਹਦੇ ਕਰਵਾ ਕੇ ਆਏ ਸੀਗੇ ਜਮ੍ਹਾਂ, ਦੇਖਿਆ ਹੋਊਗਾ ਤੁਸੀਂ ਪਿਛਲੀ ਵੀਡੀਓ 'ਚ। ਅਤੇ ਪਤੰਦਰ ਕੱਲ੍ਹ ਛੱਡ ਕੇ ਨਹੀਂ ਗਏ, ਤਾਂ ਹੁਣ ਜਾ ਰਹੇ ਭੱਠੇ ਦੇ, ਮੈਂ ਚੱਲ ਭੱਠੇ ਦੇ ਜਾ ਕੇ ਕਹਿ ਕੇ ਉਹਨੇ ਉਹ ਕਰਕੇ ਆਉਂਦੇ ਗੱਲ। ਅਤੇ ਰਾਹ 'ਚ ਜਾਂਦੇ ਸੀ, ਰਾਹ 'ਚ ਖੜ੍ਹੇ ਸੀ ਅਤੇ ਫੁੱਲ ਲੱਗੇ ਪਏ ਸੀ ਬਾਹਲੇ ਘੈਂਟ ਘੈਂਟ, ਮੈਂ ਕਿਹਾ ਚੱਲ ਫੁੱਲਾਂ ਦੀ ਨਾਲ ਵੀਡੀਓ ਬਣਾ ਲਈਆਂ ਵਿਚਾਰਿਆਂ ਨੇ। ਇਹ ਕਿੰਨੇ ਸੋਹਣੇ ਫੁੱਲ ਲੱਗੇ ਪਏ ਘੈਂਟ ਘੈਂਟ, ਆਹ ਦੇਖੋ ਕਿੰਨਾ ਸੋਹਣਾ ਲੱਗਿਆ ਮੈਂ ਬੂਟਾ, ਯੈਲੋ ਯੈਲੋ ਪੀਲੇ ਪੀਲੇ। ਅਤੇ ਆਪਾਂ ਵੀ ਇਹੋ ਜਿਹਾ ਲਾਵਾਂਗੇ ਬੂਟਾ ਇੱਕ ਘੈਂਟ ਜਿਹਾ, ਅਤੇ ਉਹ ਦੇਖੀ ਵੀ ਲਿਟੇ ਪਏ ਸੜਕ 'ਤੇ। ਹੁਣ ਚੱਲਦੇ ਆਪਾਂ ਰਾਹ 'ਚ ਖੜ੍ਹੇ ਸੀਗੇ, ਇੱਥੇ 2 ਮਿੰਟ ਤਾਂ ਮੈਂ ਚੱਲਦਾ ਵੀਡੀਓ ਸਟਾਰਟ ਕਰ ਲਈ ਅੱਜ, ਅਤੇ ਘੈਂਟ ਜੀ ਲੋਕੇਸ਼ਨ ਸੀ, ਮੈਂ ਇੱਥੋਂ ਹੀ ਸਟਾਰਟ ਕਰ ਦਿੰਦਾ। ਅਤੇ ਹੁਣ ਚੱਲਦੇ ਹਾਂ ਅੱਗੇ, ਆ ਜਾਓ। ਲਓ ਜੀ ਭੱਠੇ 'ਤੇ ਅਸੀਂ ਪਹੁੰਚ ਗਏ, ਅਤੇ ਮੁਨਸ਼ੀ ਨਾਲ ਕਰੀਏ ਗੱਲ। ਮੁਨਸ਼ੀ ਕਹਿੰਦਾ ਵੀ ਅੰਕਲ ਭਰੀ ਜਾਂਦੇ ਥੋੜ੍ਹੀ ਟਰਾਲੀ, ਅਤੇ ਅੰਕਲ ਕੋਲ ਆਏ ਸੀ, ਅੰਕਲ ਨੂੰ ਕਹਿੰਦੇ ਭਾਈ ਵਧੀਆ ਵਧੀਆ ਸਾਫ਼ ਸਾਫ਼ ਇੱਟ ਭਰਦੀ ਘੈਂਟ ਘੈਂਟ, ਪਿੱਲੀ ਇੱਟ ਨਾ ਪਈ ਸਾਡੇ। ਲਓ ਜੀ ਅੰਕਲ ਆਪਣੀ ਟਰਾਲੀ ਭਰੀ ਜਾਂਦੇ, ਅਤੇ ਗਾਣੇ ਪੂਰੇ ਘੈਂਟ ਲਾ ਰੱਖੇ ਅੰਕਲ ਨੇ। ਲਓ ਵੀ ਅੰਕਲ ਟਰਾਲੀ ਭਰੀ ਜਾਂਦੇ, ਥੋੜ੍ਹੀ ਜਿਹੀ ਰਹਿ ਗਈ ਭਰਨ ਵਾਲੀ। ਲਓ ਜੀ ਅਸੀਂ ਆ ਗਏ ਸੀ ਘਰੇ ਭੱਠੇ ਤੋਂ, ਅਤੇ ਭੱਠੇ ਦੇ ਇੱਟਾਂ ਲੈ ਕੇ ਆ ਜਾਣਗੇ। ਹੈਪੀ ਬਣਾਈ ਜਾਂਦਾ ਗੇਟ, ਅਤੇ ਹੈਪੀ ਗੇਟ ਪੂਰਾ ਘੈਂਟ ਤਿਆਰ ਕਰਦਾ। ਪਹਿਲਾਂ ਇਹਨੇ ਆਪਦਾ ਗੇਟ ਕੇ ਤਿਆਰ ਕਰਿਆ ਸੀਗਾ, ਹੁਣ ਕਿਸੇ ਹੋਰ ਦਾ ਕਰੀ ਜਾਂਦੇ, ਅਤੇ ਆਪਣਾ ਗੇਟ ਵੀ ਇਹੀ ਤਿਆਰ ਕਰੂ। ਇਹਨੂੰ ਕਹਿੰਦਾ ਵੀ ਸਿਰਾ ਲਾ ਦੇ ਜਾਵਾਂ, ਅਤੇ ਆਹ ਦੇਖੋ ਗੇਟ ਕਿੰਨਾ ਘੈਂਟ ਤਿਆਰ ਕਰਿਆ। ਤੁਸੀਂ ਵਿਹਲਾ ਵਿਹਲਾ ਕਹਿੰਦੇ, ਮੁੰਡਾ ਵਿਹਲਾ ਨਹੀਂ ਹੈਗਾ, ਕੰਮ ਬਹੁਤ ਹੈ ਇਹਦੇ ਕੋਲ। ਪਰ ਗੱਲ ਉਹ ਹੈ ਵੀ ਕਈ ਵਾਰੀ ਕਰੰਟ ਕਰੂੰਟਰ ਲੱਗ ਜਾਏ ਗੇਟ ਤੋਂ ਦੂਰ ਹੀ ਰਹੀ ਆਪਾਂ ਮਾੜਾ, ਇਹਦੇ ਉਹਦੇ ਵਾਲਾ ਕੰਮ ਹੋਏ। ਆਹ ਦੇਖੋ ਇੰਨੇ ਮੰਜੇ ਪਏ ਇਹਦੇ ਕੋਲ, ਆਹ ਮਸ਼ੀਨ ਪਈ ਹੈ ਠੀਕ ਕਰਨ ਵਾਲੀ, ਇੱਧਰ ਮੰਜੇ ਪਏ, ਆਹ ਰੇੜੀ ਪਈ ਆ, ਆਹ ਸਟੈਂਡ ਬਣਾਉਣਾ। ਕੰਮ ਤਾਂ ਬਾਹਲੇ ਰਹਿੰਦੇ ਉਹਨੂੰ ਵਿਚਾਰੇ ਨੂੰ, ਪਰ ਟੈਸ ਚਾਹ ਪੀਣ ਨੂੰ ਟਾਈਮ ਨਹੀਂ ਹੁੰਦਾ। ਇਹ ਤਾਂ ਊਂ ਦਮ ਲੈਣ ਵਾਸਤੇ ਸਾਡੇ ਕੋਲ 2 ਮਿੰਟ ਆ ਜਾਂਦਾ, ਕੰਮ ਤਾਂ ਇਹਦੇ ਕੋਲ ਬਾਹਲੇ ਪਰ ਕਰਦਾ ਨਹੀਂ ਹੁੰਦਾ। ਲਓ ਜੀ ਇੱਟਾਂ ਦੀ ਟਰਾਲੀ ਆਪਣੀ ਆ ਗਈ, ਅਤੇ ਮੰਮਾ ਲੱਗਿਆ ਪਿਆ ਅੱਜ ਕੰਮ, ਅਤੇ ਮਿਸਤਰੀ ਕਰ ਗਿਆ ਅੱਜ ਛੁੱਟੀ। ਮਿਸਤਰੀ ਕਹਿੰਦਾ ਸਵੇਰੇ ਲੱਗਾਂਗੇ, ਅੱਜ ਕੋਈ ਕੰਮ ਹੋਊਗਾ, ਕਹਿੰਦਾ ਅੱਜ ਛੁੱਟੀ ਕਰਦੇ ਹਾਂ। ਮੰਮੇ ਨੂੰ ਮੈਂ ਕਿਹਾ ਚੱਲ ਇੰਨੇ ਟੋਟਾ ਸੈੱਟ ਕਰ ਲੈਣਾ, ਮਾੜਾ ਮੋਟਾ ਮਿੱਟੀ ਮੁੱਟੀ ਸੈੱਟ ਕਰਨ ਵਾਲੀ ਜਿਹੜੀ ਆਹ ਕਰ ਲੈਂਦੇ ਹਾਂ, ਇੱਟਾਂ ਦੀ ਟਰਾਲੀ ਆਪਣੀ ਆ ਗਈ। ਮਿਸਤਰੀ ਅੱਜ ਸਾਡਾ ਛੁੱਟੀ ਮਾਰ ਗਿਆ, ਅਤੇ ਮਿਸਤਰੀ ਕਹਿੰਦਾ ਵੀ ਚੱਲ ਸਵੇਰੇ ਦੇਖਾਂਗੇ ਅੱਜ ਕੋਈ ਕੰਮ ਹੋ ਗਿਆ, ਕਹਿੰਦਾ ਅਤੇ ਇੰਨੇ ਮੈਂ ਚੱਲ ਮੰਮੇ ਨੂੰ ਇਕੱਲੇ ਨੂੰ ਲਾ ਰੱਖਿਆ, ਮੈਂ ਚੱਲ ਇੰਨੇ ਮਿੱਟਾ ਉੱਟਾ ਸੈੱਟ ਕਰ ਲੈਣੇ, ਕੋਈ ਨੇੜੇ ਕਰ ਲਾਂਗੇ ਇੱਟਾਂ ਨਾਲ ਮਿੱਟੀ ਮੁੱਟੀ ਜਿਹੜੀ ਉਹ ਸੈਟਮੈਂਟ ਕਰ ਲਾਂਗੇ, ਪੱਧਰ ਪੁੱਧਰ ਕਰ ਲਾਂਗੇ, ਜਿਵੇਂ ਇੱਥੇ ਮਿੱਟੀ ਪੈਣ ਵਾਲੀ ਇੱਥੇ ਪਾ ਦਾਂਗੇ, ਪਰਲੇ ਕਮਰੇ 'ਚ ਕੱਢ ਕੇ ਇੱਧਰ ਪਾ ਦਾਂਗੇ, ਕੁਛ ਇੱਧਰ ਪੈ ਜੂਗੀ, ਕੁਛ ਆਹ ਪਿਆ ਭਰਨ ਵਾਲਾ ਹਜੇ ਇਹਦੇ 'ਚ ਪਾ ਦਾਂਗੇ, ਅਤੇ ਮਿੱਟੀ ਮੁੱਟੀ ਇਹਨੇ ਸੈਟਮੈਂਟ ਕਰ ਲਾਂਗੇ ਅੱਜ। ਅੱਜ ਫਿਰ ਤਾਂ ਮਾਰਦਾ ਛਾਲਾ, ਅੱਜ ਮਿਸਤਰੀ ਲੱਗਿਆ ਜੀ, ਅਤੇ ਮਿਸਤਰੀ ਸੀਗੀ ਛੁੱਟੀ, ਕਈ ਦਿਨ ਭੱਜਦ ਪਈ ਰਹੀ ਪੂਰਾ ਫੁੱਲ, ਮਤਲਬ ਭੱਜ ਨੱਠ ਹੋਈ ਰਹੀ ਇੱਧਰ ਉੱਧਰ, ਅੱਜ ਵਿਹਲੇ ਫਿਰਦੇ ਤਾਂ ਅੱਜ ਜੀ ਜਾਇਆ ਨਹੀਂ ਲੱਗਦਾ ਘਰੇ। ਮੈਂ ਸੋਚਿਆ ਚੱਲ ਅੱਜ ਵਾਲ ਵੂਲ ਕਟਵਾਇਆ ਵਾਂ, ਕਈ ਦਿਨ ਹੋ ਗਏ ਵਾਲਾਂ ਨੂੰ ਕਰੀ ਜਾਂਦੇ ਸੀ, ਉਲਝਿਆ ਜਿਹਾ ਪਿਆ ਸੀ ਕੰਮ, ਅੱਜ ਵਿਹਲੇ ਮੈਂ ਸੋਚਿਆ ਚੱਲ ਅੱਜ ਵਾਲ ਵੂਲ ਕਟਵਾ ਲਾਂਗੇ। ਲੱਭੀ ਨੂੰ ਕਰਿਆ ਫੋਨ, ਕਹਿੰਦਾ ਦੁਕਾਨ 'ਤੇ ਹੀ ਫੋਨ ਚੱਲਾਂਗੇ, ਰੋਟੀ ਵੀ ਖਾ ਕੇ ਵਾਲ ਕਟਵਾਉਣ 20 ਮਿੰਟਾਂ ਤੱਕ। ਬੁਰਾ ਹਾਲ ਹੋਇਆ ਭਾਅ ਜੀ, ਵਾਲ ਕਟਾਉਣ ਨਹੀਂ ਉਹ ਕੰਮ 'ਚ ਭੱਜੇ ਫਿਰਦੇ, ਟਾਈਮ ਹੀ ਨਹੀਂ ਲੱਗਿਆ, ਅਤੇ ਹੁਣ ਆਏ ਸੀ ਲੱਭੀ ਕੋਲ ਵਾਲ ਕਟਾਉਣ। ਟਾਈਮ ਹੋ ਗਿਆ ਜੀ 1 ਵਜੇ ਦਾ, ਅਤੇ ਵਾਲ ਕਟਵਾ ਕੇ ਮੈਂ ਆ ਗਿਆ ਸੀਗਾ, ਹੁਣੀ ਆਇਆ, ਅਤੇ ਏ ਸੀ ਲੱਗਾ ਸੀ, ਮੈਂ ਤਾਂ ਨੀਂਦ ਆਈ ਉੱਥੇ, ਪਤਾ ਹੀ ਨਹੀਂ ਲੱਗਿਆ ਕਦੋਂ ਕਦੋਂ ਕੱਟੀ ਗਿਆ ਵਾਲ, ਅਤੇ ਬਾਈ ਕਹਿੰਦਾ ਸੌਣਾ, ਮੈਂ ਕਿਹਾ ਯਾਰ ਨੀਂਦ ਆਉਂਦੀ ਹੈ, ਮੈਂ ਕੀ ਕਰਾਂ, ਇੱਕ ਥੱਕੇ ਟੁੱਟੇ ਸੀ ਕਈ ਦਿਨਾਂ ਦੇ, ਅਤੇ ਹਜੇ ਤੱਕ ਰੋਟੀ ਵੀ ਨਹੀਂ ਖਾਧੀ, ਹੁਣ ਖਾਂਦੇ ਹਾਂ ਰੋਟੀ, ਭੁੱਖ ਬਾਹਲੀ ਲੱਗੀ ਪਈ ਹੈ। ਮੇਰਾ ਤਾਂ ਆਹੀ ਟਾਈਮ ਹੋ ਜਾਂਦਾ ਰੋਜ਼ ਹੀ, ਭਾਵੇਂ ਜਮ੍ਹਾਂ ਵਿਹਲਾ ਹੋਵਾਂ, ਫਿਰ ਵੀ 12-1 ਤਾਂ ਵੱਜ ਹੀ ਜਾਂਦਾ ਰੋਟੀ ਨੂੰ। ਮੰਮਾ ਇੱਧਰ ਲੱਗਾ ਪਿਆ ਰੇੜੀ ਲੈ ਕੇ ਮਿੱਟੀ ਸਿੱਟਣ, ਇੱਧਰ ਇੰਨੀ ਕੁ ਸਿੱਟਤੀ, ਅਤੇ ਕਹਿੰਦਾ ਹੁਣ ਸਿੱਟ ਦਿੰਦਾ 2 ਘੰਟੇ, ਅੱਜ ਤਾਂ ਗੱਡੀ ਪੂਰੀ ਕਾਇਮ ਲੱਗਦੀ ਹੈ ਮੈਨੂੰ। ਟਾਈਮ ਹੋ ਗਿਆ 1 ਵਜੇ ਦਾ, ਅਤੇ ਮੈਂ ਖਾ ਲਾ ਫਟਾਫਟ ਰੋਟੀ, ਭੁੱਖ ਲੱਗੀ ਪਈ ਹੈ। ਮੰਮੀ ਡੈਡੀ ਹੁਣ ਗਏ ਹੋਏ ਪਿੰਡ ਸ਼ਾਮ ਤੱਕ, ਕਹਿੰਦੇ ਸੀ ਅੱਜ ਸ਼ਾਮ ਤੱਕ ਆ ਜਾਵਾਂਗੇ, ਕਹਿੰਦੇ ਥੋੜ੍ਹਾ ਜਿਹਾ ਕੰਮ ਸੀ ਉਹਨਾਂ ਨੂੰ ਕੱਲ੍ਹ, ਅਤੇ ਕੋਈ ਗੁੜੀ ਆਈ ਹੋਈ ਸੀ ਉਹਨੂੰ ਗੁੜੀਆਂ ਛੱਡ ਕੇ ਆਉਣਾ ਸੀ ਛੋਟੀ ਨੂੰ, ਅਤੇ ਪੱਜ ਬੱਦਲ ਪੂਰਾ ਘੈਂਟ ਚੜਿਆ ਆਉਂਦਾ, ਪੂਰੀ ਫੁੱਲ ਗਰਮੀ ਹੋਈ ਪਈ ਸੀ ਜਮ੍ਹਾਂ, ਮੈਂ ਕੜਾਕੇਦਾਰ ਗਰਮੀ, ਜਿਵੇਂ ਗਰਮ ਗਰਮ ਚਾਹ ਨਹੀਂ ਹੁੰਦੇ 2 ਵਾਲੇ ਦਵਾ ਦਿੰਦੇ ਜਦੋਂ, ਉਵੇਂ ਗਰਮੀ ਹੋਈ ਪਈ ਸੀ, ਜਿਵੇਂ ਚਾਹ ਨੂੰ 2 ਵਾਲੇ ਦਵਾ ਦਿੰਦੇ ਹੁਣ, ਉਵੇਂ ਗਰਮੀ ਹੋਈ ਪਈ ਸੀ, ਅਤੇ ਹੁਣ ਚੜਿਆ ਇੱਕੋ ਦਮ ਬੱਦਲ ਪੂਰਾ ਘੈਂਟ, ਅਤੇ ਬੱਦਲ ਦੇਖੋ ਤੁਸੀਂ ਕਿੰਨਾ ਚੜਿਆ ਆਉਂਦਾ, ਆਹ ਸਾਰਾ ਭਰਿਆ ਹੁੰਦਾ ਬੱਦਲ, ਇਹ ਪਊ ਇੱਥੇ, ਆਹ ਦੇਖੋ ਬੱਦਲ ਕਿੰਨਾ ਘੈਂਟ ਚੜਿਆ ਪਿਆ ਉੱਤੋਂ, ਤਾਂ ਮੈਨੂੰ ਲੱਗਦਾ ਗਰਦ ਕੱਢੂ ਰਾਬਾ 'ਚ, ਜਿਹੜੇ ਹਿਸਾਬ ਨਾਲ ਬੱਦਲ ਚੜਿਆ ਪਿਆ ਮੀਂਹ ਦੀ, ਆ ਮੀਂਹ ਵਾਲਾ ਬੱਦਲ ਹੀ ਚਿੱਟਾ ਜਿਹਾ ਊਂ ਹੀ ਹੁੰਦਾ, ਇਹ ਫੋਕੇ ਬੱਦਲ ਗੜਗੜ ਜੇ ਤਾਂ ਕਰਦਾ ਉਹਦਾ, ਦੇਖੋ ਹੁਣ ਮੀਂਹ ਪਊਗਾ, ਪੈਂਦਾ ਪੈ ਗਿਆ ਤਾਂ ਨਹਾ ਲਾਂਗੇ, ਅਤੇ ਨਹੀਂ ਫਿਰ ਟੂਟੀ ਵਾਲਾ ਪਾਣੀ ਪੈ ਗਿਆ ਉਹਦੇ ਨਾਲ ਨਹਾ ਲਾਂਗੇ, ਟੂਟੀ ਤਾਂ ਨਹੀਂ ਆਈ ਆ, ਨਹੀਂ ਤਾਂ ਟੂਟੀ ਤਾਂ ਆਈ ਆ, ਸਹੀ ਗੱਲ ਹੈ।
जो मीह पै गया तो मीह वाले पानी च नहा लाने, नहीं टूटी वाले पानी नहा लाने। नहाना है अज आप क्योंकि अच्छ मिस्त्री साढ़ा छुट्टी थे तो मिस्त्री सवेरे साडा नवा आऊ डुगू के काम चेक करो। सोस वाले कुरकरे ले आइए, कटोरी केड़ी कटोरी है, कैचअप कटोरी, एक पानी वाला जग, क्योंकि उन्हें मिर्चा लगनी है फिर पानी पीओगे तो पानी कोल ही रखी बैठी पहले ही। तो सोस वाली पूड़ी उत्ते खाना है बहुत सारी, मैं नहीं खोलता खिंड जूगी। तू तो कहना मैं शैतानी नहीं करता, इन तेरे जी नहीं शैतानी तो कोई करता ही नहीं, तो मैं भी खाऊं मैं कौली ने सोस पर खाई है। तू सट ना खा ली बता है, तू सट खाएगा जो लच्छल करता फिरदा। इनू की हो गया, टाइम हो गया शाम के 6 बजे का, अच्छ मिस्त्री आए नहीं सी, सारा दिन वेले सके बस टाइम पास करन, कोई कम ही नहीं थे कि टाइम पास करिए ना ही कोई चीज लगे, बस सारा दिन वेले सके। इधर इटा इन मामे ने करती सैट, मिट्टी मुट्टी सैट करती माड़ी मोटी, हूँ मामे नहीं करे जो माड़ा मोटा काम करे वो भी 3:30 बजे भज गया, कहना मैं तो जाना वा चल भरावा बग जाए फिर होर की हल है, सवेरे ही देखा हूँ। तो सवेरे मिस्त्री आऊगा 8 बजे अपना रिश्तेदार राती तो खाई कलोठे तो सवेरे मिलावे वे आप मनी कहता मैं कम है, कहना पुछते उन्होंने बाकी सवेरे फिर फोन ला लाँगे दोबारा भी की कहता आऊगा क्यों दिन, तो नहीं फिर अपना रिश्तेदार तो है ही है, तो एक मूँह तो पता लग ही रहा होना थोड़ा शरीर से, बस बॉडी जमा सुस्त हो ही पी है, कम तो तेन किसी ने जी नहीं करता बस ऐ जी करी जाता भी सौ जी जाके। तो अज की वीडियो तो करते इतने एंड जी, वीडियो वधिया लगे वीडियो लाइक करते चैनल को पहले सबसक्राइब, अगली वीडियो फिर मिलेंगे, बाय बाय। तेरा वेले बैठे पता नहीं की करी जाना सारा दिन वेले, इन्हों का पता नहीं किमें टाइम पास होंगे, मैं अज का दिन ही वेला रहा तो मेरा टाइम पास नहीं। मेरी आया पिंडों डुगू वास्ते लैके घगरी, खड़ा हो गया डुगू एक बार डुगू घगरी देखो कहो जी, आ पहली बारी पाई इन्हें, पहला तो दूजी पाँदी है नेकर वाले सूट पेंटा ही टी शर्टा ही है, पहली बारी पाया हो सोना है डुगू पूरा सोना है ठीक है सोना है। क्या वीडियो को लाइक कर दो, ऐसे लाइक कर दो ठीक है।